सर इस टाइम के उत्ते पेट्रोल डीजल कीमत जन ज्यादा वधिया हुई हैं जिम्मेवार किनू मानते हो तुसी केंद्र नू या राज्य सरकार नू? मैं तो जिम्मेवार स्मृति ईरानी नू मानना क्यों डॉक्टर मनमोहन सिंह की गौरमेंट जदों सी उदों 400 किन्ने रुपए गैस सिलेंडर सी 45 रुपए दे नेड़े ते डीजल पेट्रोल सीगा ते स्मृति ईरानी जी साडे अज देश दे ओ मंत्री ने और उस वक्त ओह बड़ा हल्ला गुल्ला करदे सन अज मैं दोषी उन्होंने भी मानना पर जो टैक्स है वो पंजाब सरकार की तो ला रही है नहीं देखो टैक्स रहित पंजाब सरकार कर दे तो मुलाजमान तनखाह भी नहीं दिखाई जा सकती सेंटर भी जो टैक्स फ्री कर दे ही नहीं दिखा पंजाब सरकार ने 5 रुपए लीटर छड़िया और उस वक्त भी 1200 किन्ने करोड़ रुपए का बजट लैस हो पर हालात जोड़े साढ़े देश दे जा रहे हैं देश की थ्योरी सही होनी चाहिए प्रधानमंत्री जी कैबिनेट के पास कर दें भी असी कच्चे तेल के रेट घट गए असी इस रेट को घटा चाहते हैं घटा दें कि गल हूँ तो पता ही नहीं चलता रोज़ 28 पैसे सवेरे बढ़ गए 18 पैसे शाम को बढ़ गए पब्लिक नूं तो पता ही नहीं है और ये अल्टीमेटली सेंटर गौरमेंट इसका रेट वधा घटा सकती है ਕਿੰਨਾ ਕੁ ਇਫੈਕਟ ਜਿਹੜਾ ਵਾ ਪੈ ਰਿਹਾ ਵਾ ਤੁਹਾਨੂੰ ਕਿਉਂਕਿ ਮੇਨ ਤੁਹਾਡਾ ਬੱਸਾਂ ਦਾ ਟਾਇਰ ਕੰਮ ਦੇਖੋ ਇਹ ਚੀਜ਼ਾਂ ਦਾ ਇਫੈਕਟ ਤਾਂ ਪਏਗਾ ਹੀ ਪਏਗਾ ਇਹਦੇ ਕੋਈ ਦੋ ਚਿੱਤੀ ਗੱਲ ਨਹੀਂ ਹੈਗੀ ਇੱਕ ਚੀਜ਼ ਦੀ ਖਰੀਦ ਮਹਿੰਗੀ ਹੈਗੀ ਆ ਚੱਲਣਾ ਗੱਡੀ ਨੇ ਬੱਸ ਨੇ ਟਰੱਕ ਨੇ ਜਾਂ ਕਾਰ ਨੇ ਚੱਲਣਾ ਹੈਗਾ ਉਹ ਘਾਟੇ ਦਾ ਸੌਦਾ ਔਰ ਨੁਕਸਾਨ ਤਾਂ ਇਹਦੇ 'ਚ ਹੁੰਦਾ ਹੀ ਆ ਇਸ ਟਾਈਮ 'ਤੇ ਜਨਤਾ ਉੱਪਰ ਮਹਿੰਗਾਈ ਦੀ ਮਾਰ ਹੀ ਜ਼ਿਆਦਾ ਪੈ ਰਹੀ ਆ ਸਾਰੇ ਪਾਸੇ ਲੋਕ ਮਹਿੰਗਾਈ ਨੂੰ ਹੀ ਰੋ ਰਹੇ ਆ ਜਿਸ ਤਰੀਕੇ ਨਾਲ ਤੇਲ ਦੀਆਂ ਡੀਜ਼ਲ ਦੀਆਂ ਪੈਟਰੋਲ ਦੀਆਂ ਜਾਂ ਗੈਸ ਦੀਆਂ ਕੀਮਤਾਂ ਵੀ ਵਧੀਆਂ ਤਾਂ ਲੋਕ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਹੈਗੇ ਆ ਕਿ ਇਹਦੇ ਨਾਲੋਂ ਤਾਂ ਸਾਨੂੰ ਪੁਰਾਣੇ ਦਿਨ ਹੀ ਚੰਗੇ ਸੀ ਜਦੋਂ 250 ਦਾ ਸਿਲੰਡਰ ਮਿਲਦਾ ਸੀ ਇਸ ਟਾਈਮ 'ਤੇ ਬੁੱਕ ਕਰਾ ਕੇ 12 ਸਿਲੰਡਰ ਸਾਲ ਦੇ ਮਿਲਦੇ ਆ ਲੇਕਿਨ ਪਹਿਲਾਂ ਟਾਈਮ ਸੀਗਾ ਵੀ ਲੋਕਾਂ ਨੇ ਕਾਪੀਆਂ ਬਣਾਈਆਂ ਸੀ 200-225 ਦਾ ਸਿਲੰਡਰ ਮਿਲ ਜਾਂਦਾ ਸੀ ਬਗੈਰ ਸਬਸਿਡੀ ਤੋਂ ਅਤੇ ਇਸ ਟਾਈਮ 'ਤੇ 800 ਦਾ ਜੋ ਸਿਲੰਡਰ ਹੈਗਾ ਤਾਂ 21-22 ਰੁਪਏ ਸਬਸਿਡੀ ਆ ਰਹੀ ਸਰ ਇਹਦੇ ਵਿੱਚ ਰਵੀ ਵਰਮਾ ਜੀ ਇਹ ਗੱਲ ਤੁਸੀਂ ਅਸੀਂ ਅੱਜ ਸੋਚ ਰਹੇ ਹਾਂ ਅੱਜ 7 ਸਾਲ ਬੀਤ ਗਏ BJP ਦੀ ਗੌਰਮੈਂਟ ਨੂੰ ਡਬਲ ਟਰਨਓਵਰ ਜਾ ਰਹੇ ਆ ਔਰ 70 ਸਾਲ ਦਾ ਰੋਣਾ ਰੋਂਦੇ ਸੀ ਕਦੇ ਤੁਸੀਂ ਜੀਵਨ 'ਚ ਸੁਣਿਆ ਕਿ ਸਰ੍ਹੋਂ ਦਾ ਤੇਲ 180 ਰੁਪਏ ਲੀਟਰ 70 ਸਾਲਾਂ 'ਚ ਹੋਇਆ ਹੋਵੇ ਔਰ ਹਰਿਆਣੇ ਦੇ ਵਿੱਚ BJP ਦੀ ਗੌਰਮੈਂਟ ਆ ਅਤੇ 2 ਲੀਟਰ ਸਰ੍ਹੋਂ ਦਾ ਤੇਲ ਦਿੰਦੇ ਨੇ ਮੇਰਾ ਹੱਕ ਤਾਂ ਨਹੀਂ ਹਰਿਆਣਾ ਗੌਰਮੈਂਟ ਦੇ ਉੱਪਰ ਟਿੱਪਣੀ ਕਰਨਾ ਪਰ ਕਹਿਣੋ ਗੁਰੇਜ਼ ਵੀ ਨਹੀਂ ਕਰਨਾ ਚਾਹੀਦਾ ਜਿਹੜੀ ਸੱਚੀ ਗੱਲ ਹੋਵੇ ਤਾਂ ਉਹ ਹੁਣ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ ਤੇਲ ਨਹੀਂ ਦੇ ਸਕਦੇ ਦੇਖੋ ਤੁਸੀਂ ਹਾਲਾਤ ਕੀ ਹੈ ਸਰ੍ਹੋਂ ਦਾ ਤੇਲ ਲੈ ਲਓ ਪਾਮ ਆਇਲ ਲੈ ਲਓ ਜਿਹੜਾ ਰਿਫਾਇੰਡ ਲੈ ਲਓ ਤੁਸੀਂ ਪੈਟਰੋਲ ਡੀਜ਼ਲ ਦੀ ਗੱਲ ਕੀ ਕਰਦੇ ਇੱਕ ਦਿਨ ਆਪਾਂ ਗੱਡੀ ਨਾ ਵੀ ਚਲਾਵਾਂਗੇ ਘਟਾ ਲਾਂਗੇ ਸਰ ਜੂਗਾ ਪਰ ਰੋਟੀ ਤਾਂ ਖਾਣੀ ਪਊਗੀ ਅੱਜ ਤਾਂ ਰੋਟੀ ਵੀ ਨਸੀਬ ਨਹੀਂ ਹੋ ਰਹੀ ਬਹੁਤ ਮੁਸ਼ਕਿਲ ਆ ਭਗਤਾਂ ਨੂੰ ਪਤਾ ਨਹੀਂ ਕੀ ਰਾਤ ਨੂੰ ਸੁਪਨੇ 'ਚ ਜਾਦੂ ਦੀ ਛੜੀ ਨਾਲ ਨਰਿੰਦਰ ਮੋਦੀ ਜੀ ਕੁਛ ਕਹਿ ਜਾਂਦੇ ਨੇ ਅਤੇ ਭਗਤ ਉਹੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦੇ ਨੇ ਪਰ BJP ਉੱਥੇ ਹੀ 7 ਸਾਲ ਹੁਣ ਤਾਂ ਕਹਿੰਦੇ 7 ਸਾਲ ਬੇਮਿਸਾਲ ਗਿਆ ਵੈ ਅਸੀਂ ਬਹੁਤ ਕੰਮ ਕਾਜ ਕੀਤੇ ਆ ਤਾਂ ਫਿਰ ਲੋਕਾਂ ਨੂੰ ਨਜ਼ਰ ਆਉਣੇ ਚਾਹੀਦੇ ਆ ਨਾ ਜੀ ਫਿਰ ਲੋਕਾਂ ਨੂੰ ਨਜ਼ਰ ਆਉਣੇ ਚਾਹੀਦੇ ਜੇ ਕੰਮ ਕੀਤੇ ਨੇ ਔਰ ਲੋਕਾਂ ਨੂੰ ਨਜ਼ਰ ਇਸ ਕਰਕੇ ਨਹੀਂ ਆ ਰਹੇ ਕਿਉਂਕਿ ਇਹਨਾਂ ਨੇ ਚੰਗੇ ਕੰਮ ਕੀਤੇ ਹੀ ਨਹੀਂ ਲੋਕ ਇਸ ਗੱਲੋਂ ਪਰ ਮੈਂ ਹੈਰਾਨ ਹਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਗੱਲ UPA ਗੌਰਮੈਂਟ ਡਾਕਟਰ ਮਨਮੋਹਨ ਸਿੰਘ ਦੀ ਗੌਰਮੈਂਟ ਵੇਲੇ ਜਾਂ ਉਸ ਤੋਂ ਪਹਿਲਾਂ ਕੋਈ ਗੌਰਮੈਂਟ ਆਉਂਦੀ ਸੀ ਤਾਂ ਝੱਟ ਲੋਕ ਸੜਕਾਂ 'ਤੇ ਆ ਜਾਂਦੇ ਸੀ ਝੱਟ ਕੋਈ ਛੋਟੀ ਮੋਟੀ ਗੱਲ ਹੋਣੀ ਰੌਲਾ ਪੈਣਾ ਲੋਕਾਂ ਨੇ ਸੜਕਾਂ 'ਤੇ ਆ ਕੇ ਹਾ ਹੁੱਲਾ ਕਰ ਦੇਣਾ ਪਰ ਦੇਸ਼ ਦੇ ਲੋਕ ਨੇ ਹੀ ਮੰਤਰੀ ਬਣਾਇਆ ਅਤੇ ਹੁਣ ਜਿਹੜਾ ਕਾਂਗਰਸ ਦੀ ਆਪਾਂ ਗੱਲ ਕਰੀਏ ਕਾਂਗਰਸ ਕਿਉਂ ਨਹੀਂ ਅੱਗੇ ਸਟੈਂਡ ਲੈ ਪੈ ਰਹੀ ਕਿਉਂ ਸਫਾਇਆ ਹੋ ਰਿਹਾ ਵਾ ਭਾਰਤ ਦੇ ਵਿੱਚ ਨਹੀਂ ਕਾਂਗਰਸ ਕਿਹੜਾ ਸਟੈਂਡ ਨਹੀਂ ਲੈ ਰਹੀ ਕਾਂਗਰਸ ਸਟੈਂਡ ਲੈ ਰਹੀ ਆ ਵਾਰ ਵਾਰ ਲੈ ਰਹੀ ਆ ਪਰ ਕਾਂਗਰਸ ਦੇ ਸਟੈਂਡ ਨੂੰ ਕੁਛ ਖਰੀਦੇ ਹੋਏ TV ਮੀਡੀਆ ਚੈਨਲ 26 ਜਿਹੜੇ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਆ ਸਾਰੇ ਦੇਸ਼ ਨੂੰ ਪਤਾ ਅੱਜ ਉਹ ਅੰਦਰੋਂ ਅੰਦਰ ਹੀ ਸੁਲਗੇ ਪਏ ਨੇ ਉਹਨਾਂ ਦਾ ਵੀ ਦਿਲ ਕਰਦਾ ਵੀ ਉਹ ਕੁਛ ਨਾ ਕੁਛ ਬੋਲਣ ਕੁਛ TV ਚੈਨਲ ਬੋਲਣ ਵੀ ਲੱਗ ਗਏ ਨੇ ਵੀ ਅਸੀਂ ਤਾਂ ਯਾਰ ਗਲਤ ਰਸਤੇ ਚੱਲ ਪਏ ਹਾਂ ਚੌਥਾ ਥੰਮ ਸਵੇਰੇ ਕਹਿ ਦੇਵੇ ਵੀ ਐਂ ਨਹੀਂ ਐਂ ਕਰਨਾ ਕਲੀਅਰ ਹੋ ਜੂ ਪੋਲੀਟੀਸ਼ਨ ਦੀ ਦੇ ਵਿੱਚ ਤਾਂ ਜਾਣ ਹੀ ਹੈ ਨਹੀਂ ਜਿੰਨੀ ਦੇਰ ਮੀਡੀਆ ਸਹੀ ਨਹੀਂ ਹੈਗਾ ਔਰ ਜੇ ਮੀਡੀਆ ਸਹੀ ਹੋ ਜਾਏ ਸਾਡੇ ਦੇਸ਼ ਦਾ ਇਹ ਨਰਿੰਦਰ ਮੋਦੀ ਦੀ ਸਰਕਾਰ ਤਾਂ ਕੀ ਸਾਰੀਆਂ ਸਰਕਾਰਾਂ ਹੀ ਸੁਧਰ ਜਾਣਗੀਆਂ
ਸਾਰੀ ਮਹਿੰਗਾਈ ਦੇ ਨੱਥ ਪੈ ਜੂਗੀ। ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਜੇ ਹੁਣ ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਆਵੇ ਤੇ ਉਸ ਟਾਈਮ ਤੇ ਜਿਹੜੇ ਹੁਣ ਦੇ ਵਧੀਆ ਰੇਟ ਆ ਉਹਨਾਂ ਦੇ ਉੱਤੇ ਠੱਲ ਪਾਈ ਜਾਊਗੀ, ਬਿਲਕੁਲ ਪੁਰਾਣੇ ਰੇਟਾਂ ਦੇ ਪੁਰਾਣੇ ਹਿਸਾਬ ਨਾਲ ਆ ਸਕਦੀਆਂ? ਦੇਖੋ 2024 ਬਹੁਤ ਦੂਰ ਆ, ਦਿੱਲੀ ਬਹੁਤ ਦੂਰ ਆ ਹਲੇ। ਸਾਡੀ ਕਾਂਗਰਸ ਨੂੰ ਹੋਰ ਵੱਧ ਕੰਮ ਕਰਨੇ ਚਾਹੀਦੇ ਆ, ਔਰ ਮੇਰੀ ਰਣਨੀਤੀ ਤਾਂ ਇਹ ਰਹਿੰਦੀ ਆ ਵੀ ਇਹਨਾਂ ਨੂੰ ਜਿਹੜੀ ਭਾਸ਼ਾ ਬੋਲ ਕੇ ਹਿੰਦੁਸਤਾਨ ਦੇ ਲੋਕਾਂ ਦੇ ਨਾਲ 2014 'ਚ ਨਰਿੰਦਰ ਮੋਦੀ ਜੀ ਨੇ ਸਰਕਾਰ ਲਿਆਂਦੀ ਸੀ, ਅਸੀਂ ਲੋਕਾਂ ਨੂੰ ਨਾ ਉਹ ਭਾਸ਼ਾ ਬੋਲੀਏ। ਅਸੀਂ BJP ਦੇ ਵੱਡੇ ਲੀਡਰਾਂ ਨੂੰ ਉਹਨਾਂ ਦੀ ਭਾਸ਼ਾ 'ਚ ਜਦੋਂ ਤੱਕ ਜਵਾਬ ਨਹੀਂ ਦਿੰਦੇ, ਉਨੀ ਦੇਰ ਇਹਨਾਂ ਨੂੰ ਕਾਂਗਰਸ ਦੀ ਹੋਣ ਦਾ ਸਮਝ ਨਹੀਂ ਆਉਣੀ ਇਹਨਾਂ ਨੂੰ। ਹੁਣ ਕਾਂਗਰਸ ਸਿਮਟ ਕਿਉਂ ਗਈ ਹੈ, ਕਿਉਂਕਿ ਬਿਹਾਰ ਦੀ ਚੋਣ ਵੀ ਦੇਖ ਲਓ, ਚਾਹੇ ਬੰਗਾਲ ਦੇ ਵੀ, ਸਿਮਟ ਕਿਉਂ ਰਹੀ ਹੈ ਕਾਂਗਰਸ? ਦੇਖੋ ਬਿਹਾਰ, ਵੈਸਟ ਬੰਗਾਲ, UP ਅਸੀਂ ਪਹਿਲੇ ਹੀ ਇੱਥੇ ਕਮਜ਼ੋਰ ਰਹੇ ਹਾਂ, ਹੁਣ ਅਸੀਂ ਵਧੇ ਹਾਂ, ਪਲੱਸ ਹੋਏ, ਹੁਣ ਸਾਡਾ ਵੋਟ ਬੈਂਕ ਵੱਧ ਗਿਆ। ਪਰ ਲੱਗਦਾ ਹੈ ਕਿ ਅੱਗੇ ਜਾ ਕੇ ਹੁਣ 22 ਦੇ ਵਿੱਚ ਪੰਜਾਬ ਦੇ ਵਿੱਚ ਵੀ ਚੋਣ ਹੈ ਅਤੇ ਕਈ ਆਰੋਪ ਵੀ ਲੱਗੇ ਆ ਕਾਂਗਰਸੀ ਆਗੂਆਂ 'ਤੇ ਵੀ, ਲੱਗਦਾ ਹੈ ਕਿ ਸੱਤਾ 'ਚ ਆਊਗੀ 22 ਦੇ ਵਿੱਚ? ਨਹੀਂ ਦੇਖੋ, ਕਿਸੇ ਨੂੰ ਪਤਾ ਸੀ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੂਗਾ? ਮੇਰਾ ਖਿਆਲ ਹੈ ਵੀ ਚੰਗੇ ਕਿਸੇ ਪੋਲੀਟੀਸ਼ੀਅਨ ਨੂੰ ਔਰ ਚੰਗੇ ਕਿਸੇ ਅਰਥ ਸ਼ਾਸਤਰੀ ਨੂੰ ਇਹ ਪਤਾ ਹੁੰਦਾ ਵੀ ਪ੍ਰਧਾਨ ਮੰਤਰੀ ਆਉਣਗੇ ਤਾਂ ਸਾਡੇ ਦੇਸ਼ ਦਾ ਇਹ ਹਾਲ ਹੋਊਗਾ, ਤਾਂ ਮੇਰਾ ਖਿਆਲ ਹੈ ਵੀ ਕੋਈ ਵੀ ਨਾ ਬਣਾਉਂਦਾ। ਪਰ ਚੁਣਿਆ ਤਾਂ ਉਹਨੂੰ ਹੀ ਆ ਲੋਕਾਂ ਨੇ ਬਣਾ ਕੇ? ਬਿਲਕੁਲ ਚੁਣਿਆ, ਅੱਜ ਸਾਡੇ ਉਹ ਰਿਸਪੈਕਟਡ ਪ੍ਰਧਾਨ ਮੰਤਰੀ ਨੇ, ਮੈਂ ਕਦੋਂ ਕਹਿੰਦਾ ਵੀ ਨਹੀਂ ਹੈ, ਪਰ ਦੇਸ਼ ਦੇ ਹਿੱਤ ਲਈ ਜੇਕਰ ਉਹ ਚੰਗਾ ਕੰਮ ਕਰ ਰਹੇ ਨੇ ਤਾਂ ਫਿਰ ਦੇਸ਼ ਸਾਡਾ ਪਿੱਛੇ ਨੂੰ ਕਿਉਂ ਜਾ ਰਿਹਾ? ਅਸੀਂ 139ਵੇਂ ਨੰਬਰ ਤੋਂ ਵੀ ਉੱਪਰ ਆ ਗਏ ਹਾਂ ਦੇ ਵਰਲਡ ਵਿੱਚੋਂ, ਕਿਉਂ ਆ ਰਹੇ ਹਾਂ ਜੇ ਅਸੀਂ ਬੱਚੇ ਚੰਗੇ ਕੰਮ ਕਰ ਰਹੇ ਹਾਂ? ਪਰ ਉਹ ਤਾਂ ਕਹਿ ਰਹੇ ਸੀ ਕਿ ਗੁਜਰਾਤ ਮਾਡਲ ਦਾ ਉਹਨਾਂ ਨੇ ਲਿਆ ਸੀ ਕਿ ਗੁਜਰਾਤ ਮਾਡਲ ਦੇ ਤਰੀਕੇ ਨਾਲ ਹੀ ਅਸੀਂ ਵਧੀਆ ਤਰੀਕੇ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਤੁਸੀਂ ਕਦੇ ਮੈਰਿਜ 'ਚ ਗਏ ਹੋ, ਵਿਆਹ 'ਚ ਗਏ ਹੋ ਕਿਸੇ 'ਚ? ਤੁਸੀਂ ਵਿਆਹ ਕਰਾਇਆ? ਨਹੀਂ ਕਰਾਇਆ। ਜਦੋਂ ਵਿਆਹ 'ਚ ਜਾਈਏ ਨਾ, ਦੁਲਹਨ ਅਤੇ ਦੁੱਲਾ ਤਾਂ ਸਜੇ ਹੀ ਹੁੰਦੇ ਨੇ, ਨਾਲ ਮੇਰੇ ਵਰਗੇ ਨੱਥੂ ਖਹਿਰੇ ਐਵੇਂ ਸੱਜ ਜਾਂਦੇ ਆ, ਬਹੁਤ ਸੋਹਣੇ ਕੱਪੜੇ ਪਾ ਕੇ ਚਲੇ ਜਾਂਦੇ ਨੇ, ਐਂ ਲੱਗਦਾ ਕਿ ਲੜਕੇ ਲੜਕੀ ਦਾ ਫਾਦਰ ਇਹ ਹੀ ਆ, ਬਹੁਤ ਸੁੰਦਰ ਦਿਖਦਾ ਉਹ। ਪਰ ਜੇਕਰ ਉਹਦੀ ਬੈਕਗਰਾਊਂਡ ਫੋਲੀ ਜਾਵੇ, ਸੁਨਹਿਰੇ ਤੋਂ ਉਧਾਰ ਕਿੰਨਾ ਲਿਆ, ਕੱਪੜੇ ਵਾਲੇ ਦੇ ਸਿਲਾਈ ਵਾਲੇ ਦੇ ਪੈਸੇ ਨਹੀਂ ਦਿੱਤੇ, ਹੈ ਨਾ ਜੀ? ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਇਹ ਦੇਸ਼ ਦੀ ਸਰਕਾਰ 'ਤੇ ਢੁੱਕਦੀਆਂ, ਇਹ ਦਿਖਦੀ ਕੁਛ ਆ, ਹਾਥੀ ਕੇ ਦਾਨ ਦੇਖਣੇ ਕੋ ਕੁਛ ਔਰ ਖਾਣੇ ਕੋ ਬਹੁਤ। ਚਲੋ ਮੇਨ ਮੁੱਦਾ ਹੁਣ ਜਿਹੜਾ ਮਹਿੰਗਾਈ ਦੇ ਉੱਤੇ ਆਪਾਂ ਸ਼ੁਰੂ ਕੀਤਾ ਹੈਗਾ, ਹੁਣ ਮਹਿੰਗਾਈ ਬਾਰੇ ਅੱਗੇ ਤੁਸੀਂ ਕੀ ਇਸ ਚੀਜ਼ ਨੂੰ ਲੈ ਕੇ ਕਿੱਦਾਂ ਦੇਖਦੇ ਹੋ, ਕਿਸ ਤਰ੍ਹਾਂ ਇਹਨੂੰ ਹੱਲ ਪਾਉਣ ਦੀ ਕੋਸ਼ਿਸ਼ ਕਰੋ? ਹਾਂ, ਮੈਨੂੰ ਇਹ ਦੇਖ ਰਿਹਾ ਕਰੋਨਾ ਕਾਲ ਦੇ ਮੁਤਾਬਕ ਜਿਵੇਂ ਵੈਕਸੀਨ ਦਾ ਟੀਕਾ ਜਿਹੜਾ ਦੇਸ਼ ਦੇ ਵਿੱਚ ਲੱਗ ਰਿਹਾ, ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਟੋਕਨ ਦੇ ਦਿੱਤਾ ਜਾਊਗਾ ਦੇਸ਼ ਦੀ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ, ਵੀ ਤੁਸੀਂ ਭਾਈ ਸਵੇਰੇ ਇੱਕ ਪਹੀਆ ਪਾਣੀ ਪੀਣਾ, ਦੁਪਹਿਰੇ ਇੱਕ ਕੱਪ ਚਾਹ ਪੀਣੀ ਆ, ਰਾਤ ਨੂੰ ਤੁਸੀਂ ਇਹ 2 ਫੁਲਕੇ ਖਾ ਕੇ ਸੌਂ ਜਾਣਾ ਹੈ। ਜੈ ਹਿੰਦ। ਤੁਸੀਂ PRTC ਦੇ ਡਾਇਰੈਕਟਰ ਹੋ, PRTC 'ਚ ਨਵੀਆਂ ਨੌਕਰੀਆਂ ਦੇ ਕੋਈ ਆ ਰਿਹਾ ਲੋਕਾਂ ਦੀ ਬੇਰੁਜ਼ਗਾਰੀ ਬਹੁਤ? ਦੇਖੋ ਜੀ, ਨਵੀਆਂ ਨੌਕਰੀਆਂ ਲਈ ਹਾਈਕੋਰਟ ਦੇ ਵਿੱਚ ਇੱਕ ਰੋਕ ਲੱਗੀ ਹੋਈ ਹੈ ਸਾਡੇ, ਜੋ ਕਿ ਕੰਟੈਕਟ ਬੇਸ 'ਤੇ ਅਸੀਂ ਕਾਫੀ ਲੋਕਾਂ ਨੂੰ ਭਰਤੀ ਕੀਤਾ ਹੈਗਾ ਪਹਿਲੇ, ਔਰ ਅੱਗੇ ਵੀ ਕਰ ਰਿਹਾ। 254 ਬੱਸਾਂ ਸਿਰਫ PRTC ਦੇ ਵਿੱਚ ਨਵੀਆਂ ਹੁਣ ਲੇਟੈਸਟ ਪਾਈਆਂ ਜਾ ਰਹੀਆਂ ਨੇ, ਕਿ ਸੋਮਵਾਰ ਮੰਡੇ ਟੈਂਡਰ ਸੀਗਾ, ਔਰ ਨਵੇਂ ਮੁਲਾਜ਼ਮ ਉਸ ਵਕਤ ਰੱਖੇ ਜਾਣਗੇ ਜਦੋਂ ਹਾਈਕੋਰਟ ਸਾਨੂੰ ਕਲੀਅਰੈਂਸ ਦੇ ਦੂਗੀ, ਨਹੀਂ ਤਾਂ ਕੰਟਰੈਕਟ ਬੇਸ 'ਤੇ ਜ਼ਰੂਰ ਅਸੀਂ ਭਰਤੀ ਕਰਾਂਗੇ, ਔਰ ਉਹਨਾਂ ਲੋਕਾਂ ਦੀ ਭਰਤੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਲੋੜ ਹੈ ਨੌਕਰੀ ਦੀ। ਜੀ, ਮੈਂ ਆਪਣੀ ਗੱਲ ਇਹ ਕਹੂੰਗਾ। ਜੀ, ਠੀਕ।